ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਮੇਅਰ ਦੇ ਇਲੈਕਸ਼ਨ ਹੈ, 18 ਤਰੀਕ ਨੂੰ ਇਲੈਕਸ਼ਨ ਹੈ, ਨੋਮੀਨੇਸ਼ਨ ਪੇਪਰ ਫਾਈਲ ਹੋ ਚੁੱਕੇ ਨੇ, ਨੋਮੀਨੇਸ਼ਨ ਪੇਪਰ ਜਿਹੜੇ ਆ ਵਿਦਰਾਲ ਨੂੰ ਲੈ ਕੇ ਅੱਜ ਮਿਊਂਸੀਪਲ ਕਾਰਪੋਰੇਸ਼ਨ ਆਫਿਸ ਵਿੱਚ ਕਾਫੀ ਜੱਦੋਜਹਿਦ ਹੋਈ ਹੈ। ਔਰ ਸਾਡੇ ਨਾਲ ਅਰੁਣ ਸੂਦ ਜੀ ਹੈ। ਅਰੁਣ ਸੂਦ ਜੀ ਨਾ ਸਿਰਫ ਚੰਡੀਗੜ੍ਹ ਬੀਜੇਪੀ ਦੇ ਸਾਬਕਾ ਪ੍ਰਧਾਨ ਨੇ ਬਲਕਿ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ 'ਚ ਸਾਬਕਾ ਮੇਅਰ ਵੀ ਹੈ, ਮੇਅਰ ਰਹਿ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਅੱਜ ਕਾਫੀ ਜੱਦੋਜਹਿਦ ਹੋਈ ਹੈ ਨੋਮੀਨੇਸ਼ਨ ਪੇਪਰ ਵਿਦਡਰਾ ਕਰਨ ਨੂੰ ਲੈ ਕੇ, ਇਹੀ ਕੀ ਗੱਲ ਸੀਗੀ ਕਿ ਇੰਨੀ ਜ਼ਿਆਦਾ ਜੱਦੋਜਹਿਦ ਦੀ ਲੋੜ ਪਈ? ਮੈਂ ਸਮਝਦਾ ਕਿ ਜਿਹੜਾ ਤੁਹਾਡੇ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਨੇ ਇੱਕ ਸੋ ਕਾਲ ਜੋ ਹੈ ਗਠਬੰਧਨ ਦੀ ਰਚਨਾ ਕੀਤੀ ਸੀ ਜੀ, ਉਹਦੀ ਹਵਾ ਇੱਥੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਹੀ ਫੁੱਸ ਹੋ ਗਈ ਹੈ। ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਂਗੇ ਔਰ ਬਿਜਲੀ ਕੇ ਮਾਮਲੇ ਮੇਂ ਪੰਜਾਬ ਕੋ ਸਰਪਲਸ ਬਣਾਏਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੀ, ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਿਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ, ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ 'ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ, ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦਊਂਗਾ। ਕੱਲ੍ਹ ਵੀ ਬੰਦੂਕਾਂ ਦੇ ਸਾਏ ਦੇ ਵਿੱਚ ਪੰਜਾਬ ਪੁਲਿਸ ਦੀ ਵੱਡੀ ਵੱਡੀਆਂ ਗੱਡੀਆਂ ਔਰ ਬੜੀ ਫੋਰਸ ਲੈ ਕੇ ਜਿਹੜਾ ਹੈਗਾ ਵਿਦਡਰੋਲ ਦੇ ਲਈ ਉਹ ਆਏ ਸੀਗੇ। ਉਹਨਾਂ ਨੇ ਕੱਲ੍ਹ ਜੁਆਇੰਟ ਕਮਿਸ਼ਨਰ ਜਿਹੜੇ ਸੀ ਉਹ ਛੁੱਟੀ 'ਤੇ ਸੀਗੇ ਜੀ। ਜੁਆਇੰਟ ਕਮਿਸ਼ਨਰ ਦੀਆਂ ਪਾਵਰਾਂ ਡੈਲੀਗੇਟ ਨਹੀਂ ਹੋ ਸਕਦੀਆਂ। ਇੱਕ ਤੁਸੀਂ ਜਿਹੜਾ ਹੈਗਾ ਡਾਟਾ ਐਂਟਰੀ ਓਪਰੇਟਰ ਨੂੰ ਜਿਹੜਾ ਹੈਗਾ ਉਹ ਚਿੱਠੀ ਫੜਾ ਗਏ। ਬਿਲਕੁਲ। ਔਰ ਉਹ ਚਿੱਠੀ ਦੇ ਵਿੱਚ ਜਸਬੀਰ ਸਿੰਘ ਜਿਹੜਾ ਨੋਮੀਨੇਸ਼ਨ ਦੇ ਵਿੱਚ ਨਾਮ ਹੈ ਉਹਦੀ ਜਗ੍ਹਾ ਜਸਬੀਰ ਸਿੰਘ ਬੰਟੀ ਲਿਖਿਆ ਹੋਇਆ ਜੀ। ਇਸ ਕਰਕੇ ਉਹ ਬੰਦਾ ਜਸਬੀਰ ਸਿੰਘ ਔਰ ਜਸਬੀਰ ਸਿੰਘ ਬੰਟੀ ਹੈ ਔਰ ਉਹ ਖੁਦ ਹੀ ਨੇ ਇਹ ਵੈਰੀਫਾਈ ਕਰਨਾ ਹੁੰਦਾ। ਉਹ ਜਿਹੜਾ ਹੈਗਾ ਪ੍ਰੋਜ਼ਾਈਡਿੰਗ ਆਫਿਸਰ ਜਿਹੜਾ ਹੈ ਜੁਆਇੰਟ ਕਮਿਸ਼ਨਰ ਉਹੀ ਕਰਦੇ ਨੇ। ਉੱਥੇ ਨਹੀਂ ਸੀਗੇ ਉਹਨਾਂ ਨੇ ਇਹਨਾਂ ਨੂੰ ਅੱਜ ਅਸੀਂ ਕੱਲ੍ਹ ਹੀ ਇਹ ਗੱਲ ਕਹੀ ਸੀ ਕਿ ਇਹ ਵਿਦਡਰੋਲ ਨਹੀਂ ਹੈ, ਇਲੀਗਲ ਹੈ। ਅੱਜ ਫਿਰ ਉਹਨਾਂ ਨੂੰ ਸਮਨ ਕੀਤਾ ਗਿਆ ਕਿ ਭਾਈ ਸਾਹਿਬ ਇੱਕ ਚਿੱਠੀ ਮਿਲੀ ਆ, ਅਸੀਂ ਇਹਨੂੰ ਵੈਰੀਫਾਈ ਕਰਨਾ, ਤੁਸੀਂ ਆਓ। ਔਰ ਬੰਟੀ ਨੇ ਅੱਜ ਮਨਾ ਕਰ ਦਿੱਤਾ। ਇੱਕ ਹਫ਼ਤੇ ਤੋਂ ਬੰਟੀ ਜੀ ਨੂੰ ਜਿਹੜਾ ਹੈਗਾ ਉਹ ਬੰਦੂਕਾਂ ਦੇ ਸਾਏ 'ਚ ਰੱਖਿਆ ਗਿਆ। ਲਗਾਤਾਰ ਉਹਦੇ ਘਰ ਵਾਲੇ, ਉਹਦੇ ਰਿਸ਼ਤੇਦਾਰ ਸਾਨੂੰ ਵੀ ਅਪੀਲ ਕਰ ਰਹੇ ਸੀਗੇ, ਪੁਲਿਸ ਨੂੰ ਵੀ ਕਰ ਰਹੇ ਸੀਗੇ ਕਿ ਸਾਡੇ ਮੁੰਡੇ ਨੂੰ। ਪਰ ਜਸਵੀਰ ਸਿੰਘ ਬੰਟੀ ਤਾਂ ਸਰ ਕਾਂਗਰਸ ਦਾ ਕੌਂਸਲਰ ਹੈ, ਜਿੱਤਿਆ ਹੋਇਆ ਕੌਂਸਲਰ, ਕਾਂਗਰਸ ਪਾਰਟੀ ਦਾ ਕੌਂਸਲਰ ਹੈ, ਪਾਰਟੀ ਦਾ ਕੌਂਸਲਰ ਹੈ। ਲੇਕਿਨ ਵੀ ਆਪਣੇ ਕੌਂਸਲਰ ਨਾਲ ਇਸ ਤਰੀਕੇ ਦਾ ਟ੍ਰੀਟ ਕਰ ਰਹੀ ਹੈ ਕਾਂਗਰਸ ਪਾ। ਅੱਜ ਉਹਨੂੰ ਪੰਜਾਬ 'ਚ ਲੈ ਕੇ ਗਏ ਸੀਗੇ, ਕਾਂਗਰਸ ਦੇ ਜਿਹੜੇ ਕੌਂਸਲਰ ਨੇ 6 ਦੇ 6 ਕੌਂਸਲਰ ਉਹਨਾਂ ਨੂੰ ਪੰਜਾਬ 'ਚ ਲੈ ਕੇ ਗਏ। ਮੈਨੂੰ ਨਹੀਂ ਸਮਝ ਆਉਂਦੀ ਗੀ ਕਿ ਪੰਜਾਬ ਦੇ ਵਿੱਚ ਕਿਆ ਕਾਂਗਰਸ ਦੀ ਸਰਕਾਰ ਹੈ। ਉੱਥੇ ਉਹਨਾਂ ਨੂੰ ਇਸ ਤਰੀਕੇ ਨਾਲ ਰੱਖਿਆ ਗਿਆ, ਫਗਵਾੜਾ ਦੇ ਵਿੱਚ ਇੱਕ ਰਿਜ਼ੋਰਟ ਦੇ ਵਿੱਚ ਵੀ, ਬਾਥਰੂਮ ਦੇ ਵਿੱਚ ਵੀ ਜਦੋਂ ਕੋਈ ਜਾਂਦਾ ਸੀ ਤਾਂ ਉਹ ਦਰਵਾਜ਼ਾ ਖੋਲ੍ਹ ਕੇ ਜਾਏਗਾ। ਐਸੇ ਹਾਲਤ ਦੇ ਵਿੱਚ ਕੋਈ ਵੀ ਆਦਮੀ ਕਿੰਨੀ ਦੇਰ ਤੱਕ ਬਰਦਾਸ਼ਤ ਕਰੇਗਾ? ਆਮ ਆਦਮੀ ਪਾਰਟੀ ਨੇ ਕਿੱਕਰ ਰਿਜ਼ੋਰਟ ਦੇ ਵਿੱਚ ਆਪਣੇ ਕੌਂਸਲਰ ਰੱਖੇ ਨੇ ਪਰਸੋਂ। ਉਹ ਕਹਿੰਦੇ ਇਸ ਕਰਕੇ ਰੱਖੇ ਆ ਵੀ ਬੀਜੇਪੀ ਨੂੰ ਹਾਰ ਨਜ਼ਰ ਆ ਰਹੀ ਹੈ, ਬੀਜੇਪੀ ਉਹਨਾਂ ਦੇ ਕੌਂਸਲਰ ਤੋੜ ਸਕਦੀ ਆ, ਇਸ ਕਰਕੇ ਉਹਨਾਂ ਨੂੰ ਮਜਬੂਰੀ 'ਚ ਆਪਣੇ ਕੌਂਸਲਰ ਬਾਹਰ ਲਿਜਾਣੇ ਪੈ ਰਹੇ ਆ। ਉਹਨਾਂ ਦੇ ਕੌਂਸਲਰ ਐਡੇ ਕੱਚੇ ਨੇ ਕਿ ਜਿਹੜੇ ਕਿਸੇ ਵੀ ਤਰੀਕੇ ਨਾਲ ਟੁੱਟ ਸਕਦੇ ਨੇ, ਤਾਂ ਮੈਨੂੰ ਲੱਗਦਾ ਆਤਮ ਮੰਥਨ ਕਰਨਾ ਚਾਹੀਦਾ। ਬੀਜੇਪੀ ਦੇ ਕੌਂਸਲਰ ਵੀ ਖੁੱਲ੍ਹੇਆਮ ਘੁੰਮ ਰਹੇ ਨੇ ਸਾਰੇ, ਅੱਜ ਵੀ ਤੁਸੀਂ ਇੱਥੇ ਦੇਖਿਆ ਉਹ ਸਾਰੇ, ਉਹਨਾਂ ਨੂੰ ਖੁੱਲ੍ਹੀ ਛੂਟ ਹੈ, ਉਹਨਾਂ ਦੇ ਫੋਨ ਬਿਲਕੁਲ ਖੁੱਲ੍ਹੇ ਆ, ਤੁਸੀਂ ਕਿਸੇ ਬੀਜੇਪੀ ਕੌਂਸਲਰ ਨਾਲ ਗੱਲ ਕਰ ਸਕਦੇ ਹੋ, ਸਾਨੂੰ ਤਾਂ ਇਹ ਖਤਰਾ ਨਹੀਂ ਹੈ। ਬੀਜੇਪੀ ਦੇ ਕੌਂਸਲਰ ਕੱਲ੍ਹ ਸਰ ਪੰਚਕੂਲਾ 'ਚ ਰੱਖੇ ਗਏ ਸੀਗੇ, ਗਏ ਆ ਘੁੰਮਣ ਦੇ ਲਈ ਹੈ, ਲੇਕਿਨ ਫੋਨ ਦੇਖੋ ਨਾ ਸਾਰੇ ਖੁੱਲ੍ਹੇ ਆ। ਪੰਚਕੂਲਾ ਕਿੰਨੀ ਦੂਰ ਹੈ? ਆਉਂਦੇ ਆ, ਜਾਂਦੇ ਆ, ਸਾਰੇ ਆਉਂਦੇ ਆ। ਅੱਜ ਵੀ ਇੱਥੇ ਸੀ ਆ, ਮੇਅਰ ਸਾਹਿਬ ਨੂੰ ਵੀ ਹੁਣ ਤੁਸੀਂ ਦੇਖਿਆ ਹੋਣਾ, ਸਾਰੇ ਕੌਂਸਲਰ ਇੱਥੇ ਸੀ। ਮੈਂ ਹੁਣੀ ਮੇਰੀ ਪਵਨ ਕੁਮਾਰ ਬਾਂਸਲ ਜੀ ਨਾਲ ਗੱਲ ਹੋਈ ਹੈ, HS ਲੱਕੀ ਜੀ ਨਾਲ ਗੱਲ ਹੋਈ ਹੈ। ਉਹਨਾਂ ਨੇ ਐਲੀਗੇਸ਼ਨ ਲਗਾਇਆ ਵੀ ਜਾਣ ਬੁੱਝ ਕੇ ਬੀਜੇਪੀ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ, ਜਿਸ ਕਰਕੇ ਬੀਜੇਪੀ ਜਿਹੜੀ ਹੈ ਇਸ ਤਰ੍ਹਾਂ ਦਾ ਡਰਾਮਾ ਰਚ ਕੇ ਆਪਣੀ ਹਾਰ ਨੂੰ ਜਿੱਤ 'ਚ ਪਰਿਵਰਤਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਛਾ, ਕਿਸੇ ਕੌਂਸਲਰ ਨੂੰ, ਕਾਂਗਰਸ ਪਾਰਟੀ ਦੇ ਕੌਂਸਲਰ ਨੂੰ ਜਿਹਨੂੰ ਇੱਕ ਹਫ਼ਤੇ ਦੇ ਉੱਤੋਂ ਆਪਣੇ ਘਰੋਂ ਦੂਰ ਕਰਕੇ ਬੰਦੂਕਾਂ ਦੇ ਸਾਏ 'ਚ ਪੰਜਾਬ 'ਚ ਰੱਖਿਆ ਜਾਵੇ,
ਔਰ ਇਹ ਫਾਦਰ ਇੱਥੇ ਆ ਕੇ ਕਹਿਣ ਮੈਨੂੰ 10 ਮਿੰਟ ਆਪਣੇ ਮੁੰਡੇ ਨੂੰ ਮਿਲਣ ਦਿੱਤਾ ਜਾਵੇ, ਮਿਲਣ ਨਾ ਦਿੱਤਾ ਜਾਵੇ। ਬੀਜੇਪੀ ਨੇ ਚੰਡੀਗੜ੍ਹ ਪੁਲਿਸ ਨੂੰ ਇਹ ਸ਼ਿਕਾਇਤ ਕੀਤੀ ਕਿ ਇਹ ਉਸ ਬੰਦੇ ਨੂੰ ਉਹਨਾਂ ਇਹਨਾਂ ਦੀ ਚੁੰਗਲ ਤੋਂ ਛੁਡਾਇਆ ਜਾਵੇ, ਔਰ ਉਹਨੂੰ ਉਹਦੇ ਘਰੇ ਭੇਜ ਦਿੱਤਾ ਗਿਆ। ਉਹ ਕਹਿ ਰਹੇ ਸੀ, ਬਾਂਸਲ ਸਾਹਿਬ ਕਹਿ ਰਹੇ ਸੀ ਕਿ ਮੇਰੇ ਘਰੇ ਭੇਜੋ। ਕਦ ਲਈ ਭੇਜੋ? ਨਹੀਂ, ਬਾਂਸਲ ਸਾਹਿਬ ਇਹ ਕਹਿ ਰਹੇ ਸੀ ਮੈਂ ਲਿਜਾਣ ਨੂੰ ਤਿਆਰ ਹਾਂ, ਉਹ ਮੇਰੇ ਨਾਲ ਜਾਣ ਨੂੰ ਤਿਆਰ ਆ। ਫਿਰ ਵੀ ਪੁਲਿਸ, ਇਹ ਤਾਂ ਪ੍ਰੈਸ਼ਰ ਦੀ ਗੱਲ ਹੈ ਨਾ ਜੀ। ਅਸੀਂ ਕਿਹਾ ਕਿ ਉਹ ਬੰਦੇ ਨੂੰ ਇੱਕ ਹਫ਼ਤੇ ਤੋਂ ਉਹ ਜਿਹੜਾ ਸਾਈਕੋਲੋਜੀਕਲੀ ਉਹਦੇ 'ਤੇ ਪ੍ਰੈਸ਼ਰ ਡਿਵੈਲਪ ਕੀਤਾ ਗਿਆ, ਤੁਸੀਂ ਉਹਨੂੰ ਉਹਦੇ ਘਰੇ ਭੇਜੋ, ਰਾਤ ਨੂੰ ਇੰਡੀਪੈਂਡੈਂਟ ਆਪਣੇ ਪਰਿਵਾਰ ਨਾਲ ਮਿਲੇ, ਡਰ ਮੁਕਤ ਹੋਵੇ, ਉਸ ਤੋਂ ਬਾਅਦ ਬਾਂਸਲ ਸਾਹਿਬ ਕੋਲ ਚਲਾ ਜਾਵੇ, ਕਾਂਗਰਸ ਪਾਰਟੀ 'ਚ ਚਲਾ ਜਾਵੇ। ਲੇਕਿਨ ਆਪਣਾ ਡਰ ਦੇ ਸਾਏ ਦੇ ਵਿੱਚ ਅੰਦਰ ਜਦੋਂ ਬੰਟੀ ਜੀ ਗੱਲ ਕਰ ਰਹੇ ਸੀ, ਉਹਨਾਂ ਦੇ ਬੁੱਲ ਥਰਥਰ ਆ ਰਹੇ ਸੀਗੇ, ਮਤਲਬ ਖੁਦ ਖੜੇ ਹੋ ਗਏ ਬਾਂਸਲ ਸਾਹਿਬ ਜਿਹੜੇ ਹੈਗੇ ਆ, ਬਜ਼ੁਰਗ ਆਦਮੀ ਨੇ, ਮਾਣਾਂ ਦੀ ਬੜੀ ਕਦਰ ਕਰਦਾ, ਲੇਕਿਨ ਸਿਰ 'ਤੇ ਖੜੇ ਹੋ ਗਏ ਜੇ ਤੁਸੀਂ ਇੰਨਾ ਪ੍ਰੈਸ਼ਰਾਈਜ਼ ਕਰੋਗੇ, ਬਿਲਕੁਲ ਗਲਤ ਸੀਗਾ। ਔਰ ਅੱਜ ਚੰਡੀਗੜ੍ਹ ਪੁਲਿਸ ਨੇ ਅੱਛਾ ਨਿਰਣੇ ਲਿੱਤਾ, ਸਾਡੇ ਕੋਲ ਨਹੀਂ ਭੇਜਿਆ, ਉਹਨਾਂ ਦੇ ਘਰ ਦੇ ਬਾਹਰ 24-25 ਬੰਦਿਆਂ ਦੀ ਗਾਰਦ ਹੋਏਗੀ, ਕਿਸੇ ਨੂੰ ਵੀ ਜਿਹਨਾਂ ਨੂੰ ਉਹ ਚਾਹਣਗੇ ਮਿਲਣਗੇ, ਜਿਹਨਾਂ ਨੂੰ ਨਹੀਂ ਚਾਹਣਗੇ ਉਹ ਨਹੀਂ ਮਿਲਣਗੇ, ਉਹ ਇੰਡੀਪੈਂਡੈਂਟ ਫੈਸਲਾ ਲੈਣਗੇ। ਕਿਉਂ ਬਾਂਸਲ ਸਾਹਿਬ ਦੇ ਘਰੇ? ਸਾਡਾ ਤਾਂ ਦੋਸ਼ ਆ ਉਹਨਾਂ ਦੇ ਘਰ ਵਾਲਿਆਂ ਦਾ ਦੋਸ਼ ਹੈ ਕਿ ਕਾਂਗਰਸ ਪਾਰਟੀ ਦੇ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪ੍ਰੈਸ਼ਰ ਕੀਤਾ। ਬਾਂਸਲ ਸਾਹਿਬ ਦੇ ਘਰੇ ਜਾ ਕੇ ਕਿਆ ਇੰਡੀਪੈਂਡੈਂਟ ਫੈਸਲਾ ਲੈ ਸਕਦੇ ਸੀ? ਸਰ, ਉਹ ਕਾਂਗਰਸ ਦੇ ਕੌਂਸਲਰ ਹੈ, ਕਾਂਗਰਸ ਪਾਰਟੀ ਨਾਲ ਹੈ। ਬਾਂਸਲ ਸਾਹਿਬ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਲੀਡਰ ਹੈ, ਆਲ ਇੰਡੀਆ ਕਾਂਗਰਸ ਪਾਰਟੀ ਦੇ ਟ੍ਰੇਜਰਰ ਰਹੇ ਹੈ, ਰੇਲਵੇ ਮਿਨਿਸਟਰ ਰਹੇ ਹੈ, ਕਈ ਵਾਰੀ ਇੱਥੋਂ ਦੇ MP ਰਹੇ ਨੇ। ਫਿਰ ਵੀ ਤੁਸੀਂ ਉਹ ਮਤਲਬ ਕਿ ਪਤਾ ਨਹੀਂ ਕਿਉਂ BJP ਚਾਹੁੰਦੀ ਸੀ। ਤਾਂ ਹੀ ਤਾਂ ਹੈ ਨਾ ਜੀ, ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ ਇਹਨਾਂ ਰੁਤਬਿਆਂ ਦਾ ਹੀ ਫਾਇਦਾ ਉਠਾ ਕੇ ਕਿ ਉਹ 3 ਵਾਰੀ MP ਰਹੇ, ਰਾਜ ਸਭਾ ਦੇ ਮੈਂਬਰ ਰਹੇ, ਮਿਨਿਸਟਰ ਰਹੇ ਹੈ। ਸਾਡਾ ਤਾਂ ਇਹੀ ਦੋਸ਼ ਹੈ ਕਿ ਇੱਕ ਵਿਚਾਰੇ ਨੌਜਵਾਨ ਲੜਕੇ ਨੂੰ ਉਹੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਅਸੀਂ ਕੀ ਕਿਹਾ ਪੁਲਿਸ ਅੱਗੇ? ਕੀ ਡਿਮਾਂਡ ਕੀ ਆ? ਉਹਨੂੰ ਉਹਨਾਂ ਦੇ ਘਰਦਿਆਂ ਨੂੰ ਦਿੱਤਾ ਜਾਵੇ, ਉਹਦੇ ਫਾਦਰ ਨੇ ਕਿਹਾ ਵੀ ਕਰ ਦਿੱਤਾ। ਇਹ ਤਾਂ ਬਾਂਸਲ ਸਾਹਿਬ ਕਹਿ ਰਹੇ ਆ ਨਾ, ਫਾਈਨਲੀ ਬੰਟੀ ਨੇ ਕਿਹਾ ਕਿ ਮੈਨੂੰ ਆਪਣੇ ਘਰ ਜਾਣ ਦਿੱਤਾ ਜਾਵੇ, ਉਹਦੇ ਫਾਦਰ ਨੇ ਕਿਹਾ ਮੈਂ ਇਹਨੂੰ ਘਰ ਲੈ ਕੇ ਜਾਣਾ। ਔਰ ਅੱਗੇ ਬੰਟੀ ਨੇ ਜਿਹਨੇ ਇੱਕ ਹੋਰ ਗੱਲ ਕਹੀ ਕਿ ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦਾ, ਇਹ ਉਹਨਾਂ ਦਾ ਇੰਡੀਪੈਂਡੈਂਟ ਹੋ ਗਿਆ। ਅੱਛਾ ਚਲੋ, ਸੂਰ ਸਾਹਿਬ, ਹਾਲਾਂਕਿ ਇਹ ਗੱਲ ਹਾਲੇ ਕਰਨ ਵਾਲੀ ਨਹੀਂ ਹੈ, ਮੈਂ ਇੱਕ ਗੱਲ ਕਰਨਾ ਚਾਹੁੰਦਾ। ਜੇ ਬੰਟੀ ਜਦੀ ਕੱਲ੍ਹ ਨੂੰ BJP ਖੇਮੇ 'ਚ ਚਲਾ ਜਾਂਦਾ, ਫਿਰ ਤੁਸੀਂ ਕੀ ਕਹੋਗੇ ਇਸ ਸਾਰੇ ਡਰਾਮੇ ਨੂੰ? ਸਵਾਗਤ ਹੈ ਉਹਦਾ, ਜੇ ਆਪਣਾ ਇੰਡੀਪੈਂਡੈਂਟ ਮੈਨੂੰ ਅੱਜ ਦੀ ਡੇਟ ਤੁਸੀਂ ਹਰਾਸ ਕਰੋਗੇ, ਮੈਨੂੰ ਤੁਸੀਂ ਟੋਰਚਰ ਕਰੋਗੇ, ਜਦ ਮੈਂ ਉਸ ਟੋਰਚਰ 'ਚੋਂ, ਉਸ ਕਿਡਨੈਪਿੰਗ 'ਚੋਂ, ਉਸ ਕਸਟਡੀ ਤੋਂ ਬਾਹਰ ਆਵਾਂਗਾ, ਤਾਂ ਮੇਰਾ ਵੀ ਕੋਈ ਦਿਮਾਗ ਹੈ ਜੋ ਉਹ ਕੰਮ ਕਰਦਾ। ਉਹ ਅਗਰ ਆਪਣੇ ਵਿਵੇਕ ਨਾਲ ਕੱਲ੍ਹ ਨੂੰ ਕੰਮ ਕਰਦਾ ਕਿ ਮੈਨੂੰ ਜਿਹੜਾ ਹੈਗਾ ਮੇਰੇ ਨਾਲ ਜਾਤੀ ਹੋਈ ਹੈ, ਅਤੇ ਉਹਦਾ ਨਿੱਜੀ ਫੈਸਲਾ, ਇਹ ਉਹਦਾ ਨਿੱਜੀ ਫੈਸਲਾ। ਇਹਦੇ 'ਚ ਮੈਂ ਤਾਂ ਹੀ ਤਾਂ ਬਾਂਸਲ ਸਾਹਿਬ ਆਪਣੇ ਘਰੇ ਕਿਉਂ ਲਿਜਾਣਾ ਚਾਹੁੰਦੇ ਮੈਨੂੰ ਦੱਸੋ? ਕਿਆ ਬਾਂਸਲ ਸਾਹਿਬ ਉਹਦੇ ਪਿਓ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੇ ਨੇ? ਉਹਦਾ ਪਿਓ ਕਹਿੰਦਾ ਮੈਂ ਘਰੇ ਲੈ ਕੇ ਜਾਣਾ, ਔਰ ਬਾਂਸਲ ਸਾਹਿਬ ਕਹਿੰਦੇ ਮੈਂ ਘਰੇ ਲੈ ਕੇ ਜਾਣਾ? ਉਹ ਕਿਹੜਾ ਨਾਬਾਲਿਗ ਹੈ ਸਰ, ਉਹ ਬਾਲਿਗ ਹੈ ਸਰ। ਠੀਕ ਹੈ, ਫਿਰ ਬਾਲਿਗ ਹੈ ਤਾਂ ਬਾਂਸਲ ਸਾਹਿਬ ਉਹਨੂੰ ਘਰੇ ਕਿਉਂ ਲੈ ਕੇ ਜਾਣਾ ਚਾਹੁੰਦੇ? ਉਹ ਬੱਚਾ ਥੋੜ੍ਹਾ ਆਪਣੇ ਘਰੇ ਰਹਿ ਲੂਗਾ, ਉਹ ਉੱਥੇ ਘਰੇ ਜਾ ਕੇ ਕੀ ਹੋ ਜਾਏਗਾ? ਉੱਥੇ ਗਾਰਦ ਲੱਗੀ ਆ, ਉੱਥੇ ਥੋੜ੍ਹਾ ਮੈਂ BJP ਵਾਲਾ ਆ ਕੇ ਬੰਦੂਕ ਰੱਖ ਦੂੰਗਾ ਉਹਦੇ ਉੱਤੇ। ਚੰਡੀਗੜ੍ਹ ਪੁਲਿਸ ਦੀ ਤੁਸੀਂ ਵਿਜ਼ਿਟ ਕਰੋ, ਉੱਥੇ ਗਾਰਦ ਲੱਗੀ ਹੋਈ ਆ, 40-50 ਪੁਲਿਸ ਵਾਲੇ ਖੜੇ ਹੋਏ ਨੇ। ਕਿਆ ਕੋਈ ਜਾਤੀ ਹੋ ਸਕਦੀ ਹੈ? ਇਹ ਬਿਹਾਰ ਨਹੀਂ ਹੈ ਚੰਡੀਗੜ੍ਹ। ਬਾਂਸਲ ਸਾਹਿਬ ਇਹ ਕਹਿ ਰਹੇ ਆ ਵੀ ਚੰਡੀਗੜ੍ਹ ਪੁਲਿਸ ਜਿਹੜੀ ਹੈ ਇਸ ਸਮੇਂ BJP ਦੇ ਹੱਥਾਂ 'ਚ ਖੇਲ ਰਹੀ ਆ, ਜਿੱਦਾਂ BJP ਚਾਹ ਰਹੀ ਆ ਉੱਦਾਂ ਹੀ ਚੰਡੀਗੜ੍ਹ ਪੁਲਿਸ ਘਟਨਾ ਨੂੰ ਅੰਜਾਮ ਦੇ ਰਹੀ ਆ। ਚੰਡੀਗੜ੍ਹ ਪੁਲਿਸ ਤਾਂ ਸਾਨੂੰ ਅੱਜ ਉਹਨਾਂ ਨੂੰ ਵਾਰ ਵਾਰ ਕਹਿਣਾ ਪਿਆ, ਪੰਜਾਬ ਪੁਲਿਸ ਕੀ ਕਰ ਰਹੀ ਹੈ? MC ਦੀ ਬਿਲਡਿੰਗ ਚੰਡੀਗੜ੍ਹ ਪ੍ਰਸ਼ਾਸਨ ਦੇ ਅੰਡਰ ਆਉਂਦੀ ਹੈ, ਕੱਲ੍ਹ ਵੀ ਇਸ MC ਦੀ ਬਿਲਡਿੰਗ ਨੂੰ ਪੰਜਾਬ ਪੁਲਿਸ ਨੇ ਸੀਲ ਰੱਖਿਆ। ਅੱਜ ਤੁਸੀਂ ਆਪਣੀ ਅੱਖਾਂ ਨਾਲ ਦੇਖਿਆ ਹੋਣਾ ਕਿੰਨੀਆਂ ਗੱਡੀਆਂ, ਕਿੰਨੇ ਪੁਲਿਸ ਵਾਲੇ, ਕਿੰਨੇ ਬਾਊਂਸਰ ਇੱਥੇ ਆਏ ਸੀਗੇ, ਕਾਹਦੇ ਲਈ ਆਏ ਸੀਗੇ? ਔਰ ਮੈਂ ਚੰਡੀਗੜ੍ਹ ਦਾ ਇੱਕ ਨਿਵਾਸੀ ਹੋਣ ਦੇ ਨਾਤੇ ਮੇਰਾ ਚੰਡੀਗੜ੍ਹ ਪੁਲਿਸ ਨੂੰ ਇਹ ਇਨਫੋਰਮ ਕਰਨਾ ਬਣਦਾ ਕਿ ਭਾਈ ਸਾਹਿਬ ਕਾਰਵਾਈ ਕਰੋ। ਚੰਡੀਗੜ੍ਹ ਪੁਲਿਸ ਨੇ ਉਹੀ ਕਾਰਵਾਈ ਕੀਤੀ ਕਿ ਸਾਰਿਆਂ ਨੂੰ ਬਾਹਰ ਕੀਤਾ MC ਬਿਲਡਿੰਗ 'ਚੋਂ। ਉਹਨਾਂ ਨੇ ਕਿਹਾ ਕਿ ਚਲੋ ਤਿੰਨ ਇੰਡੀਪੈਂਡੈਂਟ ਦੇਖੇ, ਤਿੰਨੋਂ ਪਾਰਟੀਆਂ ਦੇ ਕੇ ਨੁਮਾਇੰਦਾ, BJP ਵੱਲੋਂ ਅਰੁਣ ਸੂਦ, ਆਪਣਾ ਕਾਂਗਰਸ ਵੱਲੋਂ ਪਹਿਲਾਂ ਲੱਕੀ ਜੀ ਸੀ ਪਵਨ ਬਾਂਸਲ ਜੀ, ਔਰ ਤੁਹਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਆਲੂਵਾਲੀਆ, ਉਹਨਾਂ ਨੂੰ ਬਿਠਾਇਆ ਗਿਆ, ਬੰਟੀ ਦੇ ਫਾਦਰ ਨੂੰ ਬਿਠਾਇਆ ਗਿਆ। ਲੋਕਾਂ ਨੂੰ ਕਿਹਾ ਗਿਆ ਡਿਸਪਰਸ ਹੋਵੋ, ਇੰਡੀਪੈਂਡੈਂਟ ਹੋਣ ਦਿਓ।
ਕੋਈ ਆਪਣੇ ਘਰੇ ਜਾਣਾ ਵੀ ਉਹਦੇ 'ਚ ਵੀ ਕਿਹਾ ਜਾਵੇ ਮੇਰੇ ਘਰੇ ਚੱਲੋ, ਇਹ 'ਚ ਆਪ ਹੀ ਸਲਕਦਾ ਪਿਆ ਵੀ ਤੁਸੀਂ ਉਸ ਬੰਦੇ ਨੂੰ ਪ੍ਰੈਸ਼ਰਾਈਜ਼ ਕੀਤਾ ਹੋਇਆ ਸੀਗਾ। ਕੋਈ ਵੀ ਵੱਡਾ ਬੰਦਾ ਐਮ ਪੀ ਲੈਵਲ ਦਾ, ਮੰਤਰੀ ਲੈਵਲ ਦਾ, ਇੱਕ ਯੰਗ ਵਿਚਾਰਾ ਐਮ ਸੀ ਕੌਂਸਲਰ ਉਹਦੇ ਸਿਰ 'ਤੇ ਆ ਕੇ ਖੜ ਜੂਗਾ ਅਤੇ ਉਹ ਦੱਸੋ ਕਿੱਥੋਂ ਇੰਡੀਪੈਂਡੈਂਟ ਫੈਸਲਾ ਲੈ ਲਊਗਾ, ਉਹਦੇ ਘਰ ਦੇ ਵਿੱਚ ਜਾ ਕੇ ਉਹ ਕਿੱਥੋਂ ਇੰਡੀਪੈਂਡੈਂਟ ਫੈਸਲਾ ਲੈ ਲਊਗਾ, ਉਹ ਆਪਣੇ ਬਾਪ ਦੇ ਜਦੋਂ ਸਰਨੁਮਾਈ ਦੇ ਵਿੱਚ ਜਾਊਗਾ ਉਦੋਂ ਹੀ ਉਹ ਫੈਸਲਾ ਇੰਡੀਪੈਂਡੈਂਟ ਲੈ ਸਕਦਾ। ਅੱਛਾ ਸਰ, ਇੱਕ ਹੋਰ ਗੱਲ ਹੈ ਜਿਹੜੀ ਚੱਲ ਰਹੀ ਆ, ਹਾਲਾਂਕਿ ਉਹ ਵੀ ਇਹ ਚੱਲ ਰਹੀ ਆ ਵੀ ਖਿੱਦੋ ਪ੍ਰੋਕਤ ਜਿਹੜੀ ਆ ਕੌਂਸਲਰਾਂ ਦੀ ਹੋ ਰਹੀ ਆ ਮੇਅਰ ਇਲੈਕਸ਼ਨ ਨੂੰ ਲੈ ਕੇ, ਇਸ ਗੱਲ 'ਚ ਕਿੰਨਾ ਕੁ ਦਮ ਹੈ? ਨਹੀਂ, ਮੈਨੂੰ ਦੇਖੋ ਭਾਰਤੀ ਜਨਤਾ ਪਾਰਟੀ ਦੇ 14 ਕੌਂਸਲਰ ਨੇ, ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਇੰਟੈਕਟ ਆ, ਸਾਡੇ ਕਿਸੇ ਵੀ ਕੌਂਸਲਰ ਨੂੰ ਨਾ ਤਾਂ ਕੋਈ ਖਰੀਦ ਸਕਦਾ, ਨਾ ਕੋਈ ਵਿਕਣ ਵਾਲਾ ਮਾਲ ਐਸਾ ਮੰਡੀ 'ਚ ਬੈਠਾ, ਨਾ ਅਸੀਂ ਐਸਾ ਕੋਈ ਪ੍ਰਯਾਸ ਕਰ ਰਹੇ ਹਾਂ ਕਿ ਕਿਸੇ ਨੂੰ ਵੀ ਕਿਸੇ ਤਰੀਕੇ ਦੇ ਨਾਲ। ਹਾਂ, ਆਪਣੇ ਵਿਵੇਕ ਦੇ ਨਾਲ ਬਹੁਤ ਵਾਰ ਹੋਇਆ, 2016 ਦੇ ਵਿੱਚ ਵੀ ਹੋਇਆ ਜਦੋਂ ਮੈਂ 15 ਸਾਲ ਬਾਅਦ ਮੇਅਰ ਬਣਿਆ, ਸਾਡੇ 11 ਕੌਂਸਲਰ ਸੀ, 4 ਕਾਂਗਰਸ ਦੇ ਕੌਂਸਲਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੁਆਇਨ ਕੀਤੇ, ਉਸ ਵਕਤ ਵੀ 9 ਨੋਮੀਨੇਟਡ ਕੌਂਗਲਰ ਕਾਂਗਰਸ ਅਪੁਆਇੰਟਡ ਸੀ, 9 ਨੋਮੀਨੇਟਡ ਕੌਂਸਲਰ ਜਿਨ੍ਹਾਂ ਨੂੰ ਵੋਟਿੰਗ ਰਾਈਟ ਸੀ, ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਲਗਭਗ ਸਾਰਿਆਂ ਨੇ ਸਮਰਥਨ ਦਿੱਤਾ ਔਰ 25 ਵੋਟਾਂ 'ਤੇ ਜਿੱਤ ਕੇ ਆਇਆ ਮੈਂ, ਔਰ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਨੇ, ਅੱਜ ਅਸੀਂ ਜਿਹੜਾ ਹੈਗਾ 9ਵੀਂ ਵਾਰ ਜਿਹੜਾ ਹੈਗਾ ਫਿਰ ਤੋਂ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ 18 ਤਰੀਕ ਨੂੰ ਬਣਾਉਣ ਜਾ ਰਹੇ ਹਾਂ। ਇਹ ਤਕਲੀਫ ਇਹਨਾਂ ਨੂੰ ਇਹ ਹੈ ਕਿ ਜਿਹੜਾ ED ਗਠਬੰਧਨ ਜੋ ਇਹਨਾਂ ਨੇ ਕੀਤਾ ਸੀਗਾ, ਵੀ ਪਵਨ ਬਾਂਸਲ ਜੀ ਨੇ ਬਿਆਨ ਦਿੱਤਾ ਵੀ ਸਾਡਾ ED ਦਾ ਗਠਬੰਧਨ, ਇੰਡੀ ਦਾ ਗਠਬੰਧਨ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਦੇਸ਼ ਭਰ ਦੇ ਵਿੱਚ ਪਹਿਲਾ ਹੋ ਗਿਆ। ਸ਼ਾਮ ਨੂੰ ਕੇਜਰੀਵਾਲ ਨੇ ਇਹਨਾਂ ਨੂੰ ਦੁੜਕਾਤਾ ਬਾਂਸਲ ਸਾਹਿਬ ਨੂੰ ਕਿ ਉਹ ਸਿਰਫ ਕਾਰਪੋਰੇਸ਼ਨ ਦੇ ਵਿੱਚ 3 ਸੀਟਾਂ 'ਤੇ ਹੋਇਆ, ਸਾਡਾ MP ਦਾ ਨਹੀਂ ਹੋਇਆ ਗਾ। ਅੱਜ ਇਹਨਾਂ ਨੂੰ ਠੇਂਗਾ ਦਿਖਾ ਦਿੱਤਾ ਉਹਨਾਂ ਨੇ ਜਾਲ 'ਚ ਫਸਾ ਕੇ, ਔਰ ਅੱਜ ਮੈਂ ਤੁਸੀਂ ਦੇਖਿਓ 18 ਤਰੀਕ ਨੂੰ ਇਹ ਜਿਹੜਾ ਇੰਡੀ ਗਠਬੰਧਨ ਹੈ ਜਿਹਨੂੰ ਅਸੀਂ ਠਗਬੰਧਨ ਕਹਿੰਦੇ ਹਾਂ, ਮਹਾਂ ਠਗਬੰਧਨ ਕਹਿੰਦੇ ਹਾਂ, ਇਹਦੀ ਹਵਾ ਜਿਹੜੀ ਹੈ ਉਹ ਮੋਦੀ ਜੀ ਨੂੰ 2024 ਦੇ ਵਿੱਚ ਮਈ 'ਚ ਤਾਂ ਹਰਾਉਣਾ ਬਹੁਤ ਦੂਰ ਦਾ ਸੁਪਨਾ, ਚੰਡੀਗੜ੍ਹ ਦੇ ਵਿੱਚ ਇਸ ਗਠਬੰਧਨ ਦੀ ਹਵਾ ਫੁੱਸਣ ਵਾਲੀ ਹੈ। ਚਲੋ, ਥੈਂਕ ਯੂ। ਇਹ ਸੀਗੇ ਅਰੁਣ ਸੂਦ ਜੀ। ਅਰੁਣ ਸੂਦ ਜੀ ਚੰਡੀਗੜ੍ਹ BJP ਦੇ ਸਾਬਕਾ ਪ੍ਰਧਾਨ ਨੇ ਔਰ ਮੇਅਰ ਰਹਿ ਚੁੱਕੇ ਨੇ, ਔਰ ਅਰੁਣ ਸੂਦ ਜੀ ਦਾ ਕਹਿਣਾ ਹੈ ਵੀ 18 ਤਰੀਕ ਨੂੰ ਜਿਹੜੇ ਕਿ ਮੇਅਰ ਦੇ ਇਲੈਕਸ਼ਨ ਹੈਗੇ ਆ ਉਸ ਵਿੱਚ ਜਿਹੜਾ ਮੇਅਰ ਦੇ ਇਲੈਕਸ਼ਨ ਉਹ BJP ਜਿੱਤੇਗੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਪਰ ਇਹ ਆਉਣ ਵਾਲਾ ਸਮੇਂ ਦੱਸੇਗਾ ਕਿ ਅਰੁਣ ਸੂਦ ਜੀ ਦੀ ਜਿਹੜੀ ਗੱਲ ਹੈ ਇਹ ਕਿੰਨੀ ਕੁ ਸੱਚੀ ਸਾਬਤ ਹੁੰਦੀ ਹੈ। ਮੈਂ ਦਿਨੇਸ਼ ਕੋਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ ਟਿਵੀ ਲਈ, ਚੰਡੀਗੜ੍ਹ ਤੋਂ।